ਮੋਗਾ ਦੇ ਪਿੰਡ ਰੋਲੀ ਵਿੱਚ ਅਨਾੜ ਨੂੰ ਲਗਾਈ ਗਈ ਅੱਗ ਦੇ ਅਚਾਨਕ ਫੈਲਣ ਦੇ ਕਾਰਨ ਖੇਤ ਲਾਗਲੇ ਇੱਕ ਘਰ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਣਕ ਦੇ ਬਚੇ ਹੋਏ ਅਨਾੜ ਨੂੰ ਅੱਗ ਲਗਾਈ ਗਈ ਸੀ, ਜੋ ਕਿ ਹਵਾ ਦੇ ਤੇਜ਼ ਵਹਾਅ ਦੇ ਨਾਲ ਇੱਕ ਘਰ ਵਿੱਚ ਜਾ ਵੜੀ, ਜਿੱਥੇ ਘਰ ਦਾ ਸਾਰਾ ਸਮਾਨ ਅਤੇ ਦੋ ਪਸ਼ੂ ਅੱਗ ਦੀ ਲਪੇਟ ਦੇ ਵਿੱਚ ਆ ਕੇ ਪੂਰੀ ਤਰ੍ਹਾਂ ਝੁਲਸੇ ਗਏ ਨੇ। ਉੱਧਰ ਮੌਕੇ 'ਤੇ ਪਹੁੰਚੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਆਖਿਆ ਕਿ ਉਹ ਮਾਮਲੇ ਦੀ ਜਾਂਚ ਕਰਕੇ ਆਪਣੀ ਅਗਲੀ ਕਾਰਵਾਈ ਆਰੰਭ ਕਰਨਗੇ।